मेरे बेटे के बहुत मशहूर सुखदेव सिंह जी, डॉक्टर जीत कुमार, मेहरबान सिंह, बहुत सारे बैठ उस समय मैं सोचे विकट सा पंजाबी जी अखबार ज्यादा खबर पंजाब टोरंटो रिकॉर्ड अच्छा मुख्यमंत्री हफ्ते ने फॉरन निकल एक पंजाबी का मैं सब तुम कहना कि मैं पहला नहीं कुछ लेख थोड़ा देखने के सा जो पंजाबी का प्रसारा कर लिखा था मैं इस यूनिवर्सिटी का विद्यार्थी इस तरह 1972 के विषय में करके मैं इतने लोक प्रवास के बाद काम करता था असि सब तो पहला ड्रामे मैं पंचमल सिंह असि नंगल शुरू किया था 1974 एनडीपी पार्टी की एडवाइजर रही है दोनों बच्चे पहरावा एक गोरिया के देश के निहंग सिंह द्वारा पूरा पा के बच्चों को पढ़ाना एक पद तो बद निशाना पंजाबी का और कुछ नहीं हो सकता ਜਿੰਨੇ ਵੀ ਕਮਿਊਨਿਟੀ ਮੈਂ ਜਾਓਗੇ ਮੈਂ 26 ਸਾਲ ਕੈਨੇਡਾ ਰਿਹਾ 20 ਸਾਲ ਮੈਂ ਅਮਰੀਕਾ ਰਿਹਾ ਦੋਨਾਂ ਦੇਸ਼ਾਂ ਦਾ ਮੈਂ ਨਾਗਰਿਕ ਹਾਂ ਤੀਸਰਾ ਦੇਸ਼ ਬਲੀਜ਼ ਦਾ ਮੈਂ ਪਾਸਪੋਰਟ ਹੋਲਡਰ ਹਾਂ ਉੱਥੇ ਮੇਰੀ ਪ੍ਰੋਪਰਟੀ ਹੈ ਮੇਰਾ ਧੰਦਾ 40 ਸਾਲ ਦੇ ਵਿੱਚ
ਇਨਵੋਲਵ ਹੋਣ ਨਾਲ ਤੁਹਾਨੂੰ ਲੋਕਾਂ ਦੇ ਚਿਹਰਿਆਂ ਦੇ ਵਿੱਚ ਜਾਓਗੇ। ਮੈਂ ਜਦੋਂ ਪਹਿਲਾਂ ਅਮਰੀਕਾ ਗਿਆ ਉਹ ਮੇਰਾ ਜਾਣੂ ਨਹੀਂ ਸੀ, ਟਟੋਨਾ ਬੀਚ ਦੁਨੀਆ ਦਾ ਇੱਕ ਮਸ਼ਹੂਰ ਬੀਚ ਹੈ ਜਿੱਥੇ ਲੋਕ ਸੈਰ ਸਪਾਟੇ ਲਿਆਉਂਦੇ ਨੇ। ਮੈਂ ਉੱਥੇ ਜਾਂਦਿਆਂ ਹੀ ਕ੍ਰਿਸਚਨਾਂ ਦੇ ਨਾਲ ਕਹਿੰਦੇ ਨੇ ਮੀਲਸ ਔਨ ਦਾ ਵੀਲ, ਆਈ ਸਟਾਰਟ ਡਿਲੀਵਰਿੰਗ ਮੀਲਸ ਗਰੀਬਾਂ ਨੂੰ ਘਰ ਘਰ ਮੈਂ ਖਾਣਾ ਪਹੁੰਚਾਉਣ ਦਾ ਕੰਮ ਸ਼ੁਰੂ ਕੀਤਾ। ਉਸ ਕੰਮ ਦੇ ਨਾਲ ਮੇਰੇ ਕੰਮ ਨੂੰ ਬਹੁਤ ਹਿੰਮਤ ਆਈ। ਕੁਝ ਲੋਕ ਵੀ ਕਹਿਣ ਲੱਗੇ ਵੀ ਬੜੇ ਬਣੇ ਪਰਮਾਤਮਾ ਨੇ, ਉੱਥੋਂ ਮੈਨੂੰ ਇੰਨੀ ਚੋਂਟ ਲੱਗੀ ਤੇ ਉਸ ਤੋਂ ਬਾਅਦ ਮੈਂ ਅਸੀਂ ਉਸ ਦਾ ਮਿਸ਼ਨ ਹਲੇ ਤੱਕ ਨਹੀਂ ਛੱਡਿਆ। 2001 ਦੇ ਵਿੱਚ ਪਟਾਲ ਆਏ, ਐਲ ਸਾਲਵਾਡੋਰ, ਗੁਆਤੇਮਾਲਾ ਚ ਆਵਾਜ਼ ਲਿਆ, ਪਹਿਲਾ ਮੈਂ ਬੰਦਾ ਹੋਊਗਾ ਪੰਜਾਬੀ ਉੱਥੇ ਗਿਆ। ਇੱਕ ਮਹੀਨਾ ਲਾਖਾਂ ਕੱਢੀਆਂ, ਲੋਕਾਂ ਨੂੰ ਫੂਡ ਸਪਲਾਈ ਕੀਤੀ, ਉਹਦੇ ਵਿੱਚ ਕੋਈ ਇੱਕ ਵੀ ਪੰਜਾਬੀ ਨੂੰ ਦੇਖਦੇ ਵੀ ਬੋਲਣ ਨਹੀਂ। ਉਸ ਤੋਂ ਬਾਅਦ ਜਿੰਨੇ ਵੀ ਹੋਰ ਅਤਿਆਚਾਰ ਹੋਏ ਨੇ ਉਹਦੇ ਵਿੱਚ ਮੈਂ ਗਿਆ, ਮੈਂ ਤੇ ਮੇਰੇ ਘਰ ਵਾਲੀ, ਅਸੀਂ ਦੋਨੋਂ ਧਰਮ ਪਤਨੀ ਕਹਿ ਦੀ ਬਜਾਏ ਨੂੰ ਕਰਮ ਪਤਨੀ ਕਹਿ ਸਕਦੇ ਹਾਂ ਕਿ ਧਰਮ ਸਾਡਾ ਦੋਨੋਂ ਦਾ ਵੱਖੋ ਵੱਖ ਹੈ। ਉਹ ਕ੍ਰਿਸਚਨ ਹੈ, ਮੈਂ ਸਰਦਾਰ ਹੈ, ਕਿਸੇ ਨੂੰ ਮਜ਼ਦੂਰ ਨਹੀਂ ਕਰਦੇ ਵੀ ਤੁਸੀਂ ਆਪਣਾ ਘਰ ਕਰੋ ਏਦਾਂ। ਉਹ ਬ੍ਰੇਨ ਵਿੱਚ ਸਪੈਸ਼ਲਿਸਟ ਹੈ, ਪ੍ਰੋਫੈਸਰ ਔਫ ਨਿਊਰੋਲੋਜੀ, ਸੋ ਦਿਮਾਗ ਦੇ ਟ੍ਰੇਨ ਬੰਦਿਆਂ ਨੂੰ ਉਹਨਾਂ ਨੂੰ ਪੜ੍ਹਾਉਂਦੀ ਹੈ ਤੇ ਉਹਨਾਂ ਦਾ ਆਪਣਾ ਸਾਡਾ ਹੋਸਪਿਟਲ ਹੈ ਉੱਤੇ। ਅਸੀਂ ਉਸ ਚੂੰਗ ਨਾਲ ਪਾਈ ਪਾਈ ਇਕੱਠੀ ਕਰਕੇ ਜਿੱਥੇ ਵੀ ਜਾਣਾ ਅਸੀਂ ਜਾਂਦੇ। ਜਦੋਂ ਇੱਥੋਂ ਵਾਪਸ ਗਿਆ ਅਸੀਂ ਉੱਥੇ ਪਟਾਲ ਆਇਆ, ਖੇਤੀ ਦੇ ਵਿੱਚ ਅਸੀਂ ਦੋ ਕਹਿੰਦੇ ਆਰਗੇਨਾਈਜੇਸ਼ਨ ਆਪਣੇ ਕੋਲੋਂ $14,000 ਖਰਚ ਕੇ 250 pounds ਜਾਂ ਦਵਾਈਆਂ ਇਕੱਠੇ ਕਰਕੇ ਅਸੀਂ ਚਲੇ ਗਏ। ਸਾਨੂੰ ਤਾਂ ਦਵਿੰਗੋ ਦੇ ਵਿੱਚ ਸਾਨੂੰ ਕਿਸੇ ਨੇ ਜਾਣ ਨੂੰ ਦਿੱਤਾ, ਉਸ ਖਰੀ ਕੰਟਰੀ ਸੀਲ ਕੀਤੀ ਸੀ। ਉਹ ਕਹਿੰਦੇ ਵੀ ਤੁਹਾਡੇ ਕੋਲ ਯੂਨਾਈਟਡ ਨੇਸ਼ਨ ਦੀ ਰਿਜ਼ਲਟ ਹੋਣੇ ਚਾਹੀਦੇ। 16 ਘੰਟੇ ਅਸੀਂ ਆਪਣੇ ਸਮਾਨ ਦੀ ਰਖਵਾਲੀ ਕਰਦੇ ਭੁੰਨੇ ਸੁੱਤੇ ਰਹੇ, ਇੱਕ ਸੌਂਦਿਆਂ ਕਰੇ ਪੁੱਤੜਾ ਕਰੇ ਸੌਂਦਿਆਂ ਕਰੇ। ਉੱਥੋਂ ਅਸੀਂ ਫਾਈਟ ਕੀਤਾ ਯੂਨਾਈਟਡ ਸਿੱਖ ਵਾਲਿਆਂ ਨੂੰ ਨਿਊਯਾਰਕ ਦੇ ਵਿੱਚ, ਉਹਨਾਂ ਨੇ ਵੀ ਸਾਨੂੰ ਪਰਮਿਸ਼ਨ ਲਿਖ ਦਿੱਤੀ। ਉੱਥੋਂ $1,300 ਦੀ ਅਸੀਂ ਵੈਨ ਕਰਕੇ 9 ਘੰਟੇ ਟੁੱਟੀਆਂ ਸੜਕਾਂ ਤੋਂ ਪਹੁੰਚ ਕੇ ਟੁੱਟੇ ਹੋਏ ਘਰਾਂ ਦੇ ਵਿੱਚ, ਜਿੱਥੇ 2,80,000 ਬੰਦਾ ਮਰਿਆ, ਅਸੀਂ ਉੱਥੇ ਤੰਬੂ ਲਾਇਆ ਆਪਣੇ। ਰਾਤ ਨੂੰ ਅਸੀਂ ਸਮਾਨ ਲਿਆ ਕੇ ਚੌਲ ਤੇ ਦਾਲ ਬਣਾ ਬਣਾ ਕੇ ਲੋਕਾਂ ਦੇ ਘਰਾਂ ਘਰਾਂ 'ਚ ਪਹੁੰਚਾਉਣੀ ਸ਼ੁਰੂ ਕੀਤੀ। ਘਰਾਂ ਦਿਨ ਰਾਤ ਅਸੀਂ ਲੋਕਾਂ ਦੀ ਸਬਜ਼ੀ ਕਰਦੇ ਰਹੇ। ਉਹਦੇ ਨਾਲ ਅਸੀਂ ਇਹ ਕਿ ਸਾਡੇ ਚਿਹਰਾ ਪੰਜਾਬੀ ਜਾਂਦਾ ਉਹਨਾਂ ਦੇਸ਼ਾਂ ਦੇ ਵਿੱਚ
ਅਸੀਂ ਸਾਡਾ ਸਾਈ ਆ ਉਹ ਸਾਨੂੰ ਕੁਛ ਨਹੀਂ ਤੁਸੀਂ ਪਾਉਣੇ ਚਲੋ ਜਿਸ ਸ਼ਹਿਰ ਦੇ ਵਿੱਚ ਮੈਂ ਰਹਿੰਦਾ ਮੇਰੇ ਨੌ ਜਾਂ ਦਸ ਪੰਜਾਬੀ ਨੇ ਪੰਜਾਬੀ ਬੋਲਣ ਲਈ ਮੈਨੂੰ ਗੁਰਦੁਆਰੇ ਜਾਣਾ ਪੈਂਦਾ ਦੋ ਹਫ਼ਤੇ ਬਾਅਦ ਕੋਈ ਪੰਜਾਬੀ ਵਿਅਕਤੀ ਨਾਲ ਬੋਲ ਨਹੀਂ ਸਕਦਾ ਮੇਰਾ ਕਿੱਤਾ ਅੰਗਰੇਜ਼ੀ ਚ ਆ ਉਸ ਤੋਂ ਪੰਜਾਬੀ ਵਾਲੇ ਆ ਮੈਂ ਕਈ ਵਾਰ ਕਹਿੰਦਾ ਪੰਜਾਬੀ ਭੁੱਲ ਲਿਆ ਤੇ ਉੱਥੇ ਫਿਰ ਸੇਵਾ ਕਰੀ ਜਿਹੜਾ ਖੰਡ ਪਾਲ ਜੀ ਵੀ ਸਾਨੂੰ ਮਾੜਾ ਮੋਟਾ ਤਾਂ ਪੰਜਾਬੀ ਨੇ ਲੱਗ ਦਿੱਤਾ ਤੇ ਇਸ ਤਰ੍ਹਾਂ ਉਸੀ ਆਧਾਰ ਦੇ ਉੱਤੇ ਮੈਂ ਉਸੀ ਸਟੇਟ ਦਾ ਲਾਇਸੈਂਸ ਪਬਲਿਕ ਨੌਕਰੀ ਆ 15 ਸਾਲ ਦੇ ਵਿੱਚ ਮੈਂ ਕਿਸੇ ਕੋਈ ਕਾਨੂੰਨ ਨਹੀਂ ਲਿਆ ਲੋਕੀ ਰਾਹ ਦੇ 11 ਵਜੇ ਆ ਕੇ ਦਰਵਾਜ਼ਾ ਖੜਕਾ ਸਕਦੇ ਆ ਆਈ ਨੋਟ ਰੈਡੀ ਦਰ ਪੇਪਰ ਫਰੀ ਉਸੀ ਵੇਸ ਦੇ ਵਿੱਚ ਮੈਨੂੰ ਕਰੋੜਾ ਸਰਕਾਰ ਦੇ ਵੱਲੋਂ ਮੈਨੂੰ ਟ੍ਰੇਨ ਕੀਤਾ ਗਿਆ 40 ਘੰਟੇ ਮੈਂ ਜਾ ਕੇ ਰਾਜਸਥਾਨ ਵਿੱਚ ਟ੍ਰੇਨਿੰਗ ਦਿੱਤੀ ਉਹਨਾਂ ਨੇ ਤੇ 6 ਮਹੀਨੇ ਮੈਂ ਕਚਹਿਰੀਆਂ 'ਚ ਬੈਠ ਕੇ ਦੇਖਿਆ ਕਿ ਜੱਜ ਕਿਵੇਂ ਡਿਸਾਈਡ ਕਰਦੇ ਨੇ ਫਿਰ ਮੈਨੂੰ ਉਹਨਾਂ ਨੇ ਸੁਪਰੀਮ ਕੋਰਟ ਆਫ ਕਰੋੜਾ ਵੱਲੋਂ ਐਜ ਏ ਲਾਇਸੈਂਸ ਪ੍ਰੀ ਟ੍ਰਾਇਲ ਮੀਡੀਏਟਰ ਮੈਂ ਕੋਰਟ ਰਨ ਕਰਦਾ ਫਸਟ ਡੇ ਕੋਈ ਪੈਸਾ ਨਹੀਂ ਲੈਂਦਾ ਚਲੋ $200 ਲੈਂਦੇ ਨੇ ਘੰਟੇ ਦੇ ਇਹ ਸਾਡੀ ਪੰਜਾਬੀ ਅੱਜ ਇਹ ਸਾਡੇ ਨਾਲ ਅਸੀਂ ਜਦੋਂ ਮੈਂ ਇਹ ਕਰਦਾ ਮੈਂ ਸਾਰੇ ਸਮੁੱਚੇ ਪੰਜਾਬ ਸਮੁੱਚੀ ਜਨਤਾ ਸਮੁੱਚੇ ਭਾਈਚਾਰੇ ਨੂੰ ਨਾਂ ਲੈ ਕੇ ਚੱਲਦਾ ਉਹਨੇ ਪਤਾ ਹੁੰਦਾ ਕਿ ਅਸੀਂ ਕਰਦੇ ਹਾਂ ਸਾਨੂੰ ਵੱਡੇ ਵੱਡੇ ਸਨਮਾਨ ਕੀਤਾ ਗਿਆ ਸਿਟੀ ਵੱਲੋਂ ਅਤੇ ਮੈਂ ਸਿਟੀ ਦੇ ਇਕਨੋਮਿਕ ਐਂਡ ਕਮਿਊਨਿਟੀ ਡਿਵੈਲਪਮੈਂਟ ਗਰੁੱਪ ਦੇ ਵਿੱਚ ਮੈਂ ਐਡਵਾਈਜ਼ਰ ਹਾਂ ਵੀ ਹੈਵ ਟੂ ਟੈਲ ਦੈਮ ਹਾਊ ਟੂ ਸਪੈਂਡ ਦ ਮਨੀ ਹਾਊ ਟੂ ਡਿਸਟ੍ਰੀਬਿਊਟ ਹੇਅਰ ਸੋ ਇਹ ਮੈਂ ਸਾਰਿਆਂ ਕੋਲ ਕਹਿੰਦਾ ਕਿ ਅਸੀਂ ਭਾਵੇਂ ਕੁਝ ਵੀ ਹਾਂ ਬਸ ਸਾਡੇ ਵਿੱਚ ਜਦੋਂ ਤੱਕ ਅਸੀਂ ਕਮਿਊਨਿਟੀ 'ਚ ਇਨਵੋਲਵ ਨਹੀਂ ਹੁੰਦੇ ਅਤੇ ਅਸੀਂ ਆਪਣੀ ਸਾਡੀ ਆਪਣੀ ਮਾਈ ਏਰੀਆ ਤੋਂ ਫਾਇਦਾ ਨਹੀਂ ਕੈਨੇਡਾ ਦੇ ਵਿੱਚ ਜਦੋਂ ਅਸੀਂ ਗਏ ਕੋਈ ਪੰਜਾਬੀ ਨਹੀਂ ਸਾਨੂੰ ਕਹਿੰਦੀ ਹੈ ਪੜ੍ਹਨ ਵਾਲੇ ਬੰਦੇ ਆਉਂਦੇ ਨੇ ਹੁਣ ਫਿਰ ਥੋੜ੍ਹਾ ਚਿਰ ਬਾਅਦ ਸਾਨੂੰ ਕਹਿਣ ਲੱਗ ਪਿਆ ਭਾਪੀ ਗੋ ਗਏ ਭਾਪੀ ਗੋ ਬੈਠ ਸਾਡੇ ਕਰਮ ਉਹ ਠੀਕ ਨਹੀਂ ਹੋਏ ਨਾ ਜੇ ਅਸੀਂ ਉਹਨਾਂ ਕਰਮਾਂ ਦਾ ਰਹਿੰਦੇ ਸਾਨੂੰ ਫਿਰ ਵੀ ਉਹ ਸਰਕਾਰ ਨਾ ਕਹਿੰਦੇ ਇਹ ਪੜ੍ਹਨ ਵਾਲੇ ਬੰਦੇ ਨੇ ਐਜੂਕੇਟਡ ਬੰਦੇ ਨੇ ਸੋ ਇਸ ਕਰਕੇ ਮੈਂ ਸਾਰਿਆਂ ਨੂੰ ਇਹੀ ਕਹਿੰਦਾ ਵੀ ਜਿੱਥੇ ਵੀ ਤੁਸੀਂ ਜਾਓਗੇ ਤੁਸੀਂ ਪਿਛੋਕੜ ਨਾ ਭੁੱਲੋ ਅਸੀਂ ਪਿੰਡ ਆਈਦਾ ਬੱਸ 'ਚ ਸਫ਼ਰ ਕਰੀਦਾ ਐਨ ਸਾਦੇ ਕੱਪੜੇ ਪਾਏ ਦੇ ਕਿਸੇ ਨੂੰ ਦਿਖਾਵਾ ਨਹੀਂ ਖਾਂਦਾ ਪਰ ਉਹ ਜਿਹੜੇ ਪੈਸੇ ਆ ਉਹ ਤੁਸੀਂ ਆਪਣੇ ਧਰਮ ਵੱਲ ਸਕਦੇ ਜੇ ਪ੍ਰਾਪਤਨ ਸਮੇਂ ਦੇ ਸੋਚਣ ਲੋਕੀ ਸੋਚੋ ਸਾਰੇ ਕੰਮ ਕਮਿਊਨਿਟੀ ਕਰਦੀ ਸੀ ਕੋਈ ਗੌਰਮੈਂਟ ਇੱਥੇ ਕਰਦੀ ਹੈ ਮੇਰੇ ਪ੍ਰਦਾਦਿਆਂ ਨੇ ਆ ਕੇ ਬਰਮਾ ਤੋਂ ਪਿੰਡ ਦੇ ਵਿੱਚ 1911 ਦੇ ਵਿੱਚ ਹਾਊਸ ਆਫ ਸਕੂਲ ਬਣਾਇਆ ਸੀ ਉਹਨਾਂ ਨੂੰ ਉਨੀ ਪਿੰਡਾਂ ਦੇ ਲੋਕੀ 7 ਕਿਲੋਮੀਟਰ ਪੈਦਲ ਤੁਰ ਕੇ ਆਉਂਦੇ ਸਨ ਜੁੱਤੀ ਕਹਿ ਰਹੇ ਪੈਰ ਤੇ ਨਹੀਂ ਸੋਚੀ ਪਿਛਲੇ ਸਾਲ ਉਹੀ ਸਕੂਲ ਦੇ ਵਿੱਚ ਮੈਂ 3 ਮਹੀਨੇ ਰਹਿ ਕੇ ਅਸੀਂ ਗੌਰਮੈਂਟ ਲੈਵਲ 'ਤੇ ਨਹੀਂ ਪ੍ਰਾਈਵੇਟ ਲੈਵਲ 'ਤੇ ਅਸੀਂ ਉਹਦਾ 6 ਸਾਲਾਂ ਬਣਾਇਆ ਉਹੀ ਉੱਥੋਂ ਚੰਦ ਦੇ 97 ਜਿਹੜੇ ਵੱਡੀਆਂ ਅਹੁਦਿਆਂ 'ਤੇ ਲੱਗੇ ਨੇ ਉਹਨਾਂ ਨੂੰ ਸਨਮਾਨਿਤ ਕੀਤਾ ਮੈਂ ਇਹਨਾਂ ਸਾਰਿਆਂ ਦੇ ਨਾਲ ਮੈਂ ਇਹੀ ਕੰਮ ਕਰਦਾ ਅਤੇ ਮੈਂ 1983 ਨੂੰ ਲੈ ਕੇ ਹਰ ਕਾਨਫਰੰਸ ਅਟੈਂਡ ਕੀਤੀ ਹੈ ਪਾਕਿਸਤਾਨ ਦੇ ਕਾਨਫਰੰਸ ਦੀਪਕ ਵੀ ਨਾਲ ਸੀ ਅਸੀਂ ਸਾਰੇ ਕਾਨਫਰੰਸ ਅਟੈਂਡ ਕੀਤੀਆਂ ਜਿਹੜਾ ਵੀ ਸ਼ਬਦ ਮੈਂ ਖਤਮ ਕਰਨ ਲੱਗਿਆ ਇੱਕ ਛੋਟਾ ਜਿਹਾ ਇਹਨਾਂ ਨੇ ਹੁਣੇ ਮੇਰੀ ਟਾਟ ਪਾਈ ਹੈ ਮੈਂ ਛੋਟਾ ਜਿਹਾ ਪੰਜਾਬ ਬਾਰੇ ਦੋ ਗਜ਼ਲ ਸੁਣੀ ਹੋਗੀ ਸਾਰਿਆਂ ਨੇ ਉਹ ਸੁਣਾਉਣਾ ਕਿ ਮੇਰੇ ਪੰਜਾਬ ਦੀ ਜਦੋਂ ਵੀ ਅੱਖ ਤੱਤੀ ਹੋਈ ਹੈ ਆਤਮਾ ਮੇਰੀ ਫਿਰ ਅੰਦਰੋਂ ਦੀ ਅੰਦਰੋਂ ਹੋਈ ਮੇਰੇ ਪੰਜਾਬ ਦੀ ਜਦੋਂ ਵੀ ਅੱਖ ਤੱਤੀ ਹੋਈ ਹੈ ਆਤਮਾ ਮੇਰੀ ਫਿਰ ਅੰਦਰੋਂ ਦੀ ਅੰਦਰੋਂ ਰੋਈ ਹੈ ਧਰਤ ਵੰਡ ਹੋ ਗਈ ਦਰਿਆ ਵੰਡ ਦਿੱਤੇ ਨੇ ਧਰਤ ਵੰਡ ਹੋ ਗਈ ਦਰਿਆ ਵੰਡ ਦਿੱਤੇ ਨੇ ਭਲਕ ਦੱਸੋ ਮਾਂ ਬੋਲੀ ਵੀ ਵੰਡ ਤੱਕ ਹੋਈ ਧਰਤ ਪੰਜਾਬ ਪਾਣੀਆਂ ਦੀ ਟੋਟੇ ਟੋਟੇ ਹੋ ਗਈ ਧਰਤ ਪੰਜਾਬ ਪਾਣੀਆਂ ਦੀ ਟੋਟੇ ਟੋਟੇ ਹੋ ਗਈ ਕਿਸੇ ਨਾ ਸੁਣੀ ਮਾਤ ਭੂਮੀ ਦੀ ਅਰਜੋਈ ਹੈ ਪੰਜਾਬ ਤੇ ਨਠਾਣਾ ਸਾਹਿਬ ਕਿਤੇ ਦੂਰ ਰਹਿ ਗਏ ਤੇ ਹੀ ਸਲੇਟੀ ਵੀ ਕਰਨਾ ਰੋਟੀ ਚੱਕੇ ਰੋਈ ਉਹਦੇ ਅੰਤ ਵਿੱਚ ਸਤਰੇ ਆਓ ਉਸ ਨੂੰ ਪੰਜਾਬੀਓ ਉੱਠੋ ਤੇ ਮਾਰੋ ਹਮਲਾ ਲੱਭੀਏ ਉਸ ਮੰਗ ਨੂੰ ਜੋ ਸਦੇ ਗਈ ਕੋਈ